ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਪਿਆਰੀ ਸਾਧ ਸੰਗਤ ਜੀ, ਮੂਲ ਮੰਤਰ ਜਾਪ ਦੀ ਇੰਨੀ ਮਹਾਨਤਾ ਹੈ ਕਿ ਇਹ ਗੁਣ ਦਿਲ ਵਿੱਚ ਵਸਦਿਆਂ ਜਨਮਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਨੇ। ਔਖਦ ਮੂਲ ਮੰਤਰ ਮਨ ਏਕੇ, ਇਸ ਮੰਤਰ ਨੂੰ ਗੁਰੂ ਅਰਜਨ ਦੇਵ ਜੀ ਨੇ ਔਸ਼ਧੀ ਮੰਨਿਆ, ਦਵਾਈ ਮੰਨਿਆ। ਔਖਦ ਮੂਲ ਮੰਤਰ ਮਨ ਏਕੇ, ਜੇਕਰ ਦ੍ਰਿੜ ਚਿਤ ਕੀਜੇ ਰੇ, ਜਨਮ ਜਨਮ ਕੇ ਪਾਪ ਕਰਮ ਕਾ ਕਾਟਣ ਹਾਰਾ ਲੀਜੇ ਰੇ। ਭਟਕਣਾ ਬਹੁਤ ਲੰਮੀ ਏ ਪਿਆਰੀ ਸਾਧ ਸੰਗਤ ਜੀ, ਸੰਸਕਾਰ ਪਤਿਤ ਬਹੁਤ ਪੁਰਾਣੇ ਨੇ। ਗੁਰੂ ਸਾਹਿਬ ਕਹਿੰਦੇ ਨੇ ਮੂਲ ਮੰਤਰ ਉਸ ਦਾ ਇਲਾਜ ਹੈ, ਮੂਲ ਮੰਤਰ ਉਸ ਦੀ ਦਵਾਈ ਹੈ। ਆਦਿ ਕਾਲ ਤੋਂ ਪੁਰਾਣੇ ਅਭਿਨਾਸੀਆਂ ਨੇ ਮੂਲ ਮੰਤਰ ਜਪਦੇ ਰਹਿੰਦੇ ਸਨ। ਉਸ ਤੋਂ ਬਾਅਦ ਗੁਰਮੰਤਰ ਅਤੇ ਉਸ ਤੋਂ ਬਾਅਦ ਹੀ ਨਿਤਨੇਮ ਕਰਦੇ ਨੇ। ਹੁਣ ਜਿਹੜੇ ਲੋਕ ਨੇ ਕਥਾ ਕੀਰਤਨ ਦਾ ਬਹੁਤ ਸੁਣਦੇ ਨੇ, ਥੋੜ੍ਹਾ ਬਹੁਤ ਨਿਤਨੇਮ ਵੀ ਕਰ ਲੈਂਦੇ ਨੇ, ਪਰ ਹੁਣ ਨਾ ਤਾਂ ਮੂਲ ਮੰਤਰ ਦਾ ਜਾਪ ਹੈ ਤੇ ਨਾ ਹੀ ਗੁਰਮੰਤਰ ਦਾ। ਹਾਲਾਂਕਿ ਜਿਹੜਾ ਰਹਿਤ ਮਰਿਆਦਾ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਕਿ ਜਿਹੜਾ ਸਿੱਖ ਹੈ ਉਹ ਉੱਠਦਿਆਂ ਹੀ ਉਸ ਅਕਾਲ ਪੁਰਖ ਦਾ ਨਾਮ ਧਿਆਵੇ, ਮੂਲ ਮੰਤਰ ਅਤੇ ਗੁਰਮੰਤਰ ਪਹਿਲਾਂ ਜਪੇ, ਫਿਰ ਨਿਤਨੇਮ ਕਰੇ। ਉੱਠਦਿਆਂ ਬੈਠਦਿਆਂ ਮੂਲ ਮੰਤਰ ਜਪੇ। ਸਾਡੇ ਵਿੱਚ ਹੁਣ ਇਹ ਜਾਪ ਹੈ ਨਹੀਂ, ਇਸ ਲਈ ਸਾਡੇ ਵਿੱਚ ਭਾਈ ਗੁਰਦਾਸ ਜੀ, ਭਾਈ ਮਤੀ ਦਾਸ, ਭਾਈ ਮਨੀ ਸਿੰਘ ਵਰਗੀਆਂ ਮਹਾਨ ਮੂਰਤੀਆਂ ਪੈਦਾ ਹੋਣੀਆਂ ਬੰਦ ਹੋ ਗਈਆਂ ਨੇ। ਆਪਣੀ ਜ਼ਿੰਦਗੀ ਇਸੇ ਮੂਲ ਮੰਤਰ ਨੇ ਬਦਲਣੀ ਹੈ, ਨਵੀਂ ਜ਼ਿੰਦਗੀ ਨੂੰ ਇਸੇ ਮੂਲ ਮੰਤਰ ਨੇ ਜਨਮ ਦੇਣਾ ਹੈ। ਸਿੱਖੀ ਦਾ ਮਤਲਬ ਕੀ ਹੈ? ਸਿੱਖੀ ਸਿੱਖਿਆ ਦਾ ਵਿਚਾਰ, ਸਿੱਖੀ ਗੁਰੂ ਵਿਚਾਰ। ਜੇ ਗੁਰੂ ਦੀ ਵਿਚਾਰ ਹੈ ਤਾਂ ਸਿੱਖ ਹੈ, ਸਿੱਖੀ ਹੈ। ਵਿਚਾਰ ਦੇ ਆਉਂਦਿਆਂ ਕੀ ਆਉਂਦਾ? ਗੁਰੂ ਦੇ ਵਿਚਾਰ ਆਉਂਦਿਆਂ ਤੁਸੀਂ ਇਹ ਕੁਝ ਨਹੀਂ ਰਹੋਗੇ ਜੋ ਕੁਝ ਹੁਣ ਤੁਸੀਂ ਹੋ। ਪਿਆਰੀ ਸੰਗਤ ਜੀ, ਜਦੋਂ ਗੁਰੂ ਦਾ ਵਿਚਾਰ ਆ ਜਾਂਦਾ ਉਦੋਂ ਸਤਿਗੁਰ ਦੇ ਘਰ ਜਨਮ ਹੋ ਜਾਂਦਾ। ਅਜੇ ਤਾਂ ਪਿਆਰਿਓ ਅਸੀਂ ਆਪਣੇ ਮਾਂ ਬਾਪ ਦੇ ਘਰ ਜਨਮ ਲਿਆ, ਗੁਰੂ ਦੇ ਘਰ ਉਦੋਂ ਜਨਮ ਹੋਏਗਾ ਜਦੋਂ ਸਾਡੇ ਹਿਰਦੇ ਵਿੱਚ ਗੁਰੂ ਦਾ ਵਿਚਾਰ ਪੈਦਾ ਹੋਏਗਾ, ਮੂਲ ਮੰਤਰ ਦਾ ਜਾਪ ਵਸੇਗਾ। ਫਿਰ ਜਦੋਂ ਨਵੀਂ ਜ਼ਿੰਦਗੀ ਦਾ ਜਨਮ ਹੋਏਗਾ ਉਹ ਕਥਨ ਕਹਿਣ ਤੋਂ ਪਰੇ ਹੋਏਗਾ। ਮਾਂ ਬਾਪ ਦੇ ਘਰ ਜਨਮ ਲੈ ਕੇ ਬੰਦਾ ਜਨਮ ਮਰਨ ਤੋਂ ਬਚ ਨਹੀਂ ਸਕਦਾ। ਕੋਈ ਵੀ ਮਾਂ ਇਹ ਦਾਅਵਾ ਨਹੀਂ ਕਰ ਸਕਦੀ ਕਿ ਇਸ ਦਾ ਹੋਰ ਜਨਮ ਨਹੀਂ ਹੋਏਗਾ, ਇਹ ਪਿਆਰਿਓ ਚੱਲਦਾ ਹੀ ਰਹਿਣਾ ਹੈ। ਇਹ ਤਾਂ ਜੰਮ ਜੰਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਕਿਆ ਦੇਸ ਲੰਮੇ। ਅਸੀਂ ਜੋ ਕਹਿੰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜਾਂ ਗੁਰੂ ਕਲਗੀਧਰ ਪਾਤਸ਼ਾਹ ਸਾਡੇ ਪਿਤਾ ਨੇ, ਪਿਆਰਿਓ ਸਾਡੇ ਸ਼ਬਦੀ ਪਿਤਾ ਨੇ। ਸੰਤਾਨ ਦੋ ਤਰ੍ਹਾਂ ਦੀ ਹੁੰਦੀ ਹੈ, ਬਿੰਦੀ ਸੰਤਾਨ ਅਤੇ ਨਾਦੀ ਸੰਤਾਨ। ਮਾਂ ਬਾਪ ਦੇ ਰਕਤ ਤੋਂ
ਉਸ ਰਕਤ ਦੇ ਬਿੰਦ ਤੋਂ ਜੋ ਪੈਦਾ ਹੋਇਆ ਹੈ ਉਸ ਨੂੰ ਬਿੰਦੀ ਸੰਤਾਨ ਕਹਿੰਦੇ ਨੇ। ਪਰ ਜਿਨੇ ਕਿਸੇ ਦੇ ਵਿਚਾਰਾਂ ਤੋਂ ਜਨਮ ਲਿਆ ਹੈ, ਸ਼ਬਦ ਤੋਂ ਜਨਮ ਲਿਆ ਹੈ, ਉਸ ਨੂੰ ਕਹਿੰਦੇ ਹਨ ਨਾਦੀ ਸੰਤਾਨ। ਸੋ ਸੰਗਤ ਜੀ, ਅਸੀਂ ਉਸ ਅਕਾਲ ਪੁਰਖ ਕਲਗੀਧਰ ਪਾਤਸ਼ਾਹ ਦੀ ਨਾਦੀ ਸੰਤਾਨ ਹਾਂ। ਪਰ ਉਹ ਵੀ ਤਾਂ ਜਦੋਂ ਅਸੀਂ ਆਪਣੇ ਅੰਦਰ ਉਹਨਾਂ ਦੇ ਵਿਚਾਰ ਲਿਆਵਾਂਗੇ, ਉਹਨਾਂ ਦੇ ਵਿਚਾਰ ਸਾਡੇ ਅੰਦਰ ਜਨਮ ਲੈਣਗੇ। ਮੂਲ ਮੰਤਰ ਦੇ ਅਭਿਆਸ ਨਾਲ ਸਾਡੇ ਅੰਦਰ ਗੁਰੂ ਵਿਚਾਰ ਪੈਦਾ ਹੋਣਗੇ, ਜਿਨ੍ਹਾਂ ਨਾਲ ਅਸੀਂ ਗੁਰੂ ਵਾਲੇ ਬਣਾਂਗੇ। ਸੰਗਤ ਜੀ, ਉਸ ਕਲਗੀਧਰ ਪਾਤਸ਼ਾਹ ਦੀ ਸੰਤਾਨ ਬਣਾਂਗੇ ਤਾਂ ਉਹ ਸਾਡੇ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਗੇ। ਇਸ ਲਈ ਪਿਆਰੀ ਸਾਧ ਸੰਗਤ ਜੀ, ਉੱਠਦਿਆਂ ਬੈਠਦਿਆਂ ਮੂਲ ਮੰਤਰ ਦਾ ਜਾਪ ਸ਼ੁਰੂ ਕਰੋ। ਆਪਣੇ ਨਿਤਨੇਮ ਦੀ ਬਾਣੀ ਤੋਂ ਪਹਿਲਾਂ ਮੂਲ ਮੰਤਰ ਦਾ ਜਾਪ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।